ਸਤਿ ਸ੍ਰੀ ਅਕਾਲ ਜੀ, ਮੈਂ ਰਾਹੁਲ ਗੁਪਤਾ ਪੰਜਾਬ ਸਰਕਾਰ ਵੱਲੋਂ ਸਥਾਪਿਤ ਕਰੋਨਾ ਵਾਇਰਸ ਕੰਟਰੋਲ ਰੂਮ ਦਾ ਮੈਂਬਰ ਹਾਂ ਅਤੇ ਅੱਜ ਕਰਫਿਊ ਦੇ 20ਵੇਂ ਦਿਨ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਪਿਛਲੇ 24 ਘੰਟਿਆਂ ਵਿੱਚ ਵਾਪਰੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਆਇਆ ਹਾਂ। ਪੰਜਾਬ ਵਿੱਚ ਅੱਜ ਤੱਕ ਕੁੱਲ 3909 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 3249 ਸੈਂਪਲ ਨੈਗੇਟਿਵ ਪਾਏ ਗਏ, 158 ਸੈਂਪਲ ਪੋਜ਼ਿਟਿਵ ਪਾਏ ਗਏ ਅਤੇ ਬਦਕਿਸਮਤੀ ਨਾਲ ਅੱਜ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ਵ ਭਰ ਵਿੱਚ ਹੁਣ ਤੱਕ ਲਗਭਗ 17,11,000 ਲੋਕ ਕਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ, ਜਿਸ ਵਿੱਚੋਂ 1,03,000 ਦੀ ਮੌਤ ਹੋ ਚੁੱਕੀ ਹੈ ਅਤੇ 3,82,000 ਲੋਕ ਠੀਕ ਵੀ ਹੋ ਗਏ ਹਨ। ਭਾਰਤ ਵਿੱਚ ਲਗਭਗ 7,600 ਲੋਕਾਂ ਵਿੱਚ ਬਿਮਾਰੀ ਇਨਫੈਕਟ ਕਰ ਗਈ ਹੈ ਅਤੇ 249 ਦੀ ਮੌਤ ਹੋ ਚੁੱਕੀ ਹੈ। ਬਿਮਾਰੀ 'ਤੇ ਪੂਰੀ ਤਰ੍ਹਾਂ ਸ਼ਿਕੰਜਾ ਕੱਸ ਕੇ ਰੱਖਣ ਲਈ ਪੰਜਾਬ ਰਾਜ ਵਿੱਚ ਕਰਫਿਊ 1 ਮਈ ਤੱਕ ਵਧਾ ਦਿੱਤਾ ਗਿਆ ਹੈ। ਸਰਕਾਰ ਵੱਲੋਂ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਕਿਸੇ ਵੀ ਵਿਅਕਤੀ ਨੂੰ ਜੇਕਰ ਮਜਬੂਰਨ ਘਰ ਤੋਂ ਬਾਹਰ ਨਿਕਲਣਾ ਪੈਂਦਾ ਹੈ ਤਾਂ ਟ੍ਰਿਪਲ ਲੇਅਰ ਮਾਸਕ ਜਾਂ ਘਰ ਵਿੱਚ ਬਣਿਆ ਸੂਤੀ ਕੱਪੜੇ ਦਾ ਮਾਸਕ ਜਾਂ ਘੱਟੋ ਘੱਟ ਰੁਮਾਲ ਜਾਂ ਦੁਪੱਟਾ ਬੰਨ ਕੇ ਹੀ ਨਿਕਲਿਆ ਜਾਵੇ। ਘਰ ਵਿੱਚ ਬਣੇ ਸੂਤੀ ਕੱਪੜੇ ਦੇ ਮਾਸਕ ਨੂੰ ਸਾਬਣ ਨਾਲ ਧੋ ਕੇ ਵਾਰ ਵਾਰ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਮਾਸਕ ਨਾ ਪਾਉਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਰਫਿਊ ਕਰਕੇ ਜਿਸ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਆ ਰਹੀ ਹੋਵੇ, ਜਿਵੇਂ ਰਾਸ਼ਨ, ਦਵਾਈਆਂ, ਖਾਣ ਪੀਣ ਦੇ ਪਦਾਰਥ, ਕਰਫਿਊ ਪਾਸ, ਰਹਿਣ ਸਹਿਣ ਆਦਿ, ਤਾਂ ਉਹ ਸਰਕਾਰ ਵੱਲੋਂ ਸਥਾਪਿਤ ਹੈਲਪਲਾਈਨ ਨੰਬਰ 104 ਜਾਂ 108 ਜਾਂ 112 'ਤੇ ਗੱਲ ਕਰ ਸਕਦਾ ਹੈ। ਇਹਨਾਂ ਨੰਬਰਾਂ 'ਤੇ ਮਲਟੀਪਲ ਓਪਰੇਟਰਸ 24 ਘੰਟੇ ਤਾਇਨਾਤ ਹਨ, ਜੋ ਬੜੀ ਹਮਦਰਦੀ ਨਾਲ ਆਪ ਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 40,00,000 ਬਣੇ ਹੋਏ ਖਾਣੇ ਦੇ ਅਤੇ ਰਾਸ਼ਨ ਦੇ ਪੈਕੇਟ ਪ੍ਰਵਾਸੀ ਲੇਬਰ ਨੂੰ ਅਤੇ ਹੋਰ ਲੋੜਵੰਦਾਂ ਨੂੰ ਵੱਖ ਵੱਖ ਜ਼ਿਲ੍ਹਿਆਂ ਵਿੱਚ ਮੁਹੱਈਆ ਕਰਵਾਏ ਗਏ ਹਨ। 15 ਅਪ੍ਰੈਲ ਤੋਂ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਆਰੰਭੀ ਜਾਵੇਗੀ ਅਤੇ ਖਰੀਦ ਘੱਟੋ ਘੱਟ 30 ਮਈ ਤੱਕ ਚੱਲੇਗੀ। ਖਰੀਦ ਕੇਂਦਰਾਂ 'ਤੇ ਇੱਕੋ ਦਮ ਭੀੜ ਨਾ ਪਏ, ਇਸ ਲਈ ਖਰੀਦ ਕੇਂਦਰਾਂ ਦੀ ਗਿਣਤੀ ਪਿਛਲੇ ਸਾਲਾਂ ਨਾਲੋਂ ਦੁੱਗਣੇ ਤੋਂ ਵੀ ਵੱਧ ਕਰ ਦਿੱਤੀ ਗਈ ਹੈ। ਲੋੜ ਪੈਣ 'ਤੇ ਇਹ ਗਿਣਤੀ ਹੋਰ ਵੀ ਵਧਾਈ ਜਾ ਸਕਦੀ ਹੈ। ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਉਸੇ ਦਿਨ ਉਸੇ ਕੇਂਦਰ 'ਤੇ ਪਹੁੰਚਣ ਜਿਸ ਦਿਨ ਦਾ ਟੋਕਨ ਉਹਨਾਂ ਨੂੰ ਦਿੱਤਾ ਜਾਵੇਗਾ। ਇਸ ਦੇ ਨਾਲ ਉਹ ਉਹਨਾਂ ਨੂੰ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਕਿ ਉਹ ਆਪਣੀ ਸੇਫਟੀ ਪ੍ਰੀਕੋਸ਼ਨਸ ਯਕੀਨੀ ਬਣਾਉਣ ਅਤੇ ਦੂਰੀ ਮੇਨਟੇਨ ਰੱਖਣ। ਅੱਜ ਲਈ ਇੰਨਾ ਹੀ। ਧੰਨਵਾਦ।